ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ UN ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਈਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। UN ਵਿੱਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਹਨਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ਤੇ ਕਰੀਬ 200 ਮਿਜ਼ਾਈਲਾਂ ਦਾਗੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂ ਕਿ ਉਹਨਾਂ ਦੇ ਇਜ਼ਰਾਈਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ਹਮਲਾਵਰ ਕਾਰਵਾਈ ਕਰਾਰ ਦਿੱਤਾ। ਇਜ਼ਰਾਈਲੀ ਰਾਜਦੂਤ ਨੇ ਕਿਹਾ ਕਿ ਤਣਾਅ ਘੱਟ ਕਰਨ ਲਈ ਖੋਖਲੇ ਸੱਦਿਆਂ ਦਾ ਸਮਾਂ ਖਤਮ ਹੋ ਗਿਆ ਹੈ। ਈਰਾਨ ਦਾ ਅਸਲੀ ਚਿਹਰਾ ਅੱਤਵਾਦ, ਮੌਤ ਤੇ ਅਰਾਜਕਤਾ ਹੈ। ਈਰਾਨ ਵਿਸ਼ਵ ਲਈ ਬਹੁਤ ਹੀ ਯਥਾਰਥ ਅਤੇ ਮੌਜੂਦਾ ਖਤਰਾ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਮਿਸਾਈਲ ਦੀ ਅਗਲੀ ਖੇਪ ਸਿਰਫ ਇਜ਼ਰਾਈਲ ਵੱਲ ਸੇਧਤ ਨਹੀਂ ਹੋਵੇਗੀ। ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਅਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ। ਈਰਾਨ ਦੇ ਰਾਜਦੂਤ ਨੇ ਕਿਹਾ ਕਿ ਖਿੱਤੇ ਵਿੱਚ ਇਜ਼ਰਾਈਲੀ ਹਿੰਸਾ ਵਧਣ ਮਗਰੋਂ ਤਹਿਰਾਨ ਨੂੰ ਤਵਾਜ਼ਨ ਬਣਾਈ ਰੱਖਣ ਲਈ ਇਜ਼ਰਾਈਲ 'ਤੇ ਮਿਜ਼ਾਈਲਾਂ ਦੀ ਬੁਛਾੜ ਕਰਨੀ ਪਈ। ਈਰਾਨੀ ਰਾਜਦੂਤ ਨੇ ਕਿਹਾ ਕਿ ਮਿਜ਼ਾਈਲ ਹਮਲਾ ਪਿਛਲੇ 2 ਮਹੀਨਿਆਂ ਵਿੱਚ ਇਜ਼ਰਾਈਲ ਦੀਆਂ ਦਹਿਸ਼ਤੀ ਹਮਲਾਵਰ ਕਾਰਵਾਈਆਂ ਲਈ ਜ਼ਰੂਰੀ ਅਤੇ ਉਚਿਤ ਪ੍ਰਕਿਰਿਆ ਸੀ। ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ UN ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਈਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। UN ਵਿੱਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਹਨਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ਤੇ ਕਰੀਬ 200 ਮਿਜ਼ਾਈਲਾਂ ਦਾਗੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂ ਕਿ ਉਹਨਾਂ ਦੇ ਇਜ਼ਰਾਈਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ਹਮਲਾਵਰ ਕਾਰਵਾਈ ਕਰਾਰ ਦਿੱਤਾ। ਇਜ਼ਰਾਈਲੀ ਰਾਜਦੂਤ ਨੇ ਕਿਹਾ ਕਿ ਤਣਾਅ ਘੱਟ ਕਰਨ ਲਈ ਖੋਖਲੇ ਸੱਦਿਆਂ ਦਾ ਸਮਾਂ ਖਤਮ ਹੋ ਗਿਆ ਹੈ। ਈਰਾਨ ਦਾ ਅਸਲੀ ਚਿਹਰਾ ਅੱਤਵਾਦ, ਮੌਤ ਤੇ ਅਰਾਜਕਤਾ ਹੈ। ਈਰਾਨ ਵਿਸ਼ਵ ਲਈ ਬਹੁਤ ਹੀ ਯਥਾਰਥ ਅਤੇ ਮੌਜੂਦਾ ਖਤਰਾ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਮਿਸਾਈਲ ਦੀ ਅਗਲੀ ਖੇਪ ਸਿਰਫ ਇਜ਼ਰਾਈਲ ਵੱਲ ਸੇਧਤ ਨਹੀਂ ਹੋਵੇਗੀ। ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਅਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ। ਈਰਾਨ ਦੇ ਰਾਜਦੂਤ ਨੇ ਕਿਹਾ ਕਿ ਖਿੱਤੇ ਵਿੱਚ ਇਜ਼ਰਾਈਲੀ ਹਿੰਸਾ ਵਧਣ ਮਗਰੋਂ ਤਹਿਰਾਨ ਨੂੰ ਤਵਾਜ਼ਨ ਬਣਾਈ ਰੱਖਣ ਲਈ ਇਜ਼ਰਾਈਲ 'ਤੇ ਮਿਜ਼ਾਈਲਾਂ ਦੀ ਬੁਛਾੜ ਕਰਨੀ ਪਈ। ਈਰਾਨੀ ਰਾਜਦੂਤ ਨੇ ਕਿਹਾ ਕਿ ਮਿਜ਼ਾਈਲ ਹਮਲਾ ਪਿਛਲੇ 2 ਮਹੀਨਿਆਂ ਵਿੱਚ ਇਜ਼ਰਾਈਲ ਦੀਆਂ ਦਹਿਸ਼ਤੀ ਹਮਲਾਵਰ ਕਾਰਵਾਈਆਂ ਲਈ ਜ਼ਰੂਰੀ ਅਤੇ ਉਚਿਤ ਪ੍ਰਕਿਰਿਆ ਸੀ। ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ UN ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਈਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। UN ਵਿੱਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਹਨਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ਤੇ ਕਰੀਬ 200 ਮਿਜ਼ਾਈਲਾਂ ਦਾਗੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂ ਕਿ ਉਹਨਾਂ ਦੇ ਇਜ਼ਰਾਈਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ਹਮਲਾਵਰ ਕਾਰਵਾਈ ਕਰਾਰ ਦਿੱਤਾ। ਇਜ਼ਰਾਈਲੀ ਰਾਜਦੂਤ ਨੇ ਕਿਹਾ ਕਿ ਤਣਾਅ ਘੱਟ ਕਰਨ ਲਈ ਖੋਖਲੇ ਸੱਦਿਆਂ ਦਾ ਸਮਾਂ ਖਤਮ ਹੋ ਗਿਆ ਹੈ। ਈਰਾਨ ਦਾ ਅਸਲੀ ਚਿਹਰਾ ਅੱਤਵਾਦ, ਮੌਤ ਤੇ ਅਰਾਜਕਤਾ ਹੈ। ਈਰਾਨ ਵਿਸ਼ਵ ਲਈ ਬਹੁਤ ਹੀ ਯਥਾਰਥ ਅਤੇ ਮੌਜੂਦਾ ਖਤਰਾ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਮਿਸਾਈਲ ਦੀ ਅਗਲੀ ਖੇਪ ਸਿਰਫ ਇਜ਼ਰਾਈਲ ਵੱਲ ਸੇਧਤ ਨਹੀਂ ਹੋਵੇਗੀ। ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਅਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ। ਈਰਾਨ ਦੇ ਰਾਜਦੂਤ ਨੇ ਕਿਹਾ ਕਿ ਖਿੱਤੇ ਵਿੱਚ ਇਜ਼ਰਾਈਲੀ ਹਿੰਸਾ ਵਧਣ ਮਗਰੋਂ ਤਹਿਰਾਨ ਨੂੰ ਤਵਾਜ਼ਨ ਬਣਾਈ ਰੱਖਣ ਲਈ ਇਜ਼ਰਾਈਲ 'ਤੇ ਮਿਜ਼ਾਈਲਾਂ ਦੀ ਬੁਛਾੜ ਕਰਨੀ ਪਈ। ਈਰਾਨੀ ਰਾਜਦੂਤ ਨੇ ਕਿਹਾ ਕਿ ਮਿਜ਼ਾਈਲ ਹਮਲਾ ਪਿਛਲੇ 2 ਮਹੀਨਿਆਂ ਵਿੱਚ ਇਜ਼ਰਾਈਲ ਦੀਆਂ ਦਹਿਸ਼ਤੀ ਹਮਲਾਵਰ ਕਾਰਵਾਈਆਂ ਲਈ ਜ਼ਰੂਰੀ ਅਤੇ ਉਚਿਤ ਪ੍ਰਕਿਰਿਆ ਸੀ। ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ UN ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਈਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। UN ਵਿੱਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਹਨਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ਤੇ ਕਰੀਬ 200 ਮਿਜ਼ਾਈਲਾਂ ਦਾਗੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂ ਕਿ ਉਹਨਾਂ ਦੇ ਇਜ਼ਰਾਈਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ਹਮਲਾਵਰ ਕਾਰਵਾਈ ਕਰਾਰ ਦਿੱਤਾ। ਇਜ਼ਰਾਈਲੀ ਰਾਜਦੂਤ ਨੇ ਕਿਹਾ ਕਿ ਤਣਾਅ ਘੱਟ ਕਰਨ ਲਈ ਖੋਖਲੇ ਸੱਦਿਆਂ ਦਾ ਸਮਾਂ ਖਤਮ ਹੋ ਗਿਆ ਹੈ। ਈਰਾਨ ਦਾ ਅਸਲੀ ਚਿਹਰਾ ਅੱਤਵਾਦ, ਮੌਤ ਤੇ ਅਰਾਜਕਤਾ ਹੈ। ਈਰਾਨ ਵਿਸ਼ਵ ਲਈ ਬਹੁਤ ਹੀ ਯਥਾਰਥ ਅਤੇ ਮੌਜੂਦਾ ਖਤਰਾ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਮਿਸਾਈਲ ਦੀ ਅਗਲੀ ਖੇਪ ਸਿਰਫ ਇਜ਼ਰਾਈਲ ਵੱਲ ਸੇਧਤ ਨਹੀਂ ਹੋਵੇਗੀ। ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਅਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ।
ਈਰਾਨ ਦੇ ਰਾਜਦੂਤ ਨੇ ਕਿਹਾ ਕਿ ਖਿੱਤੇ ਵਿੱਚ ਇਜ਼ਰਾਈਲੀ ਹਿੱਸਾ ਵਧਣ ਮਗਰੋਂ ਤਹਿਰਾਨ ਨੂੰ ਤਵਾਜ਼ਨ ਬਣਾਈ ਰੱਖਣ ਲਈ ਇਜ਼ਰਾਈਲ ਦੇ ਮਿਜ਼ਾਈਲਾਂ ਦੀ ਬੁਛਾੜ ਕਰਨੀ ਪਈ। ਈਰਾਨੀ ਰਾਜਦੂਤ ਨੇ ਕਿਹਾ ਕਿ ਮਿਜ਼ਾਈਲ ਹਮਲਾ ਪਿਛਲੇ 2 ਮਹੀਨਿਆਂ ਵਿੱਚ ਇਜ਼ਰਾਈਲ ਦੀਆਂ ਦਹਿਸ਼ਤੀ ਹਮਲਾਵਰ ਕਾਰਵਾਈਆਂ ਲਈ ਜ਼ਰੂਰੀ ਅਤੇ ਉਚਿਤ ਪ੍ਰਕਿਰਿਆ ਸੀ।